ਉਹ ਤੇ ਕਮੀ ਕਦੀ ਪੂਰੀ ਹੋ ਨਹੀਂ ਸਕਦੀ। ਉਹ ਤੇ ਹਰ ਕੀ ਕਹਿੰਦੇ ਹੁੰਦੇ ਨਾ ਵੀ ਦੁਨੀਆ ਭੁੱਲ ਸਕਦੀ, ਇਹਦਾ ਫਾਦਰ ਹੈ ਨਹੀਂ, ਮੈਂ ਨਹੀਂ ਭੁੱਲ ਸਕਦੀ, ਮੈਨੂੰ ਹਰ ਵਾਰ ਕੀ ਚਾਹੀਦੇ ਹੁੰਦੇ ਆ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਜ਼ਰੂਰੀ ਨਹੀਂ ਕਿ ਲੜਕੇ ਹੀ ਆਪਣੇ ਮਾਂ ਬਾਪ ਲਈ ਤਿਆਗ ਕਰਦੇ ਨੇ ਜਾਂ ਫਿਰ ਲੜਕੇ ਹੀ ਆਪਣੇ ਪਰਿਵਾਰ ਚਲਾ ਸਕਦੇ ਨੇ। ਅੱਜ ਤੁਹਾਨੂੰ ਉਸ ਭੈਣ ਨਾਲ ਮਿਲਵਾਉਂਦੇ ਹਾਂ ਜਿਸਨੇ ਆਪਣੇ ਪਰਿਵਾਰ ਖਾਤਰ ਤਿਆਗ ਕੀਤਾ ਤੇ ਅੱਜ 20 ਸਾਲ ਬੀਤ ਜਾਣ ਮਗਰੋਂ ਵੀ ਆਪਣਾ ਪਰਿਵਾਰ ਪਾਲ ਰਹੀ ਹੈ। ਇਸ ਭੈਣ ਦੇ ਪਿਤਾ ਹੌਕਰ ਸਨ। ਲੋਕਾਂ ਦੇ ਘਰਾਂ ਵਿੱਚ ਅਖਬਾਰ ਸੁੱਟਦੇ ਸੀ ਕਿ ਇੱਕ ਦਿਨ ਜਦੋਂ ਇਸਦੇ ਪਿਤਾ ਅਖਬਾਰ ਸੁੱਟ ਰਹੇ ਸੀ ਕਿ ਉਹਨਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਤੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਉਦੋਂ ਇਹ ਲੜਕੀ 7ਵੀਂ ਜਮਾਤ ਵਿੱਚ ਪੜ੍ਹਦੀ ਸੀ। ਪਰਿਵਾਰ ਵਿੱਚ ਕਮਾਈ ਦਾ ਕੋਈ ਵੀ ਸਾਧਨ ਨਹੀਂ ਸੀ। ਫਿਰ ਇਸਨੇ ਆਪਣੇ ਪਿਤਾ ਵਾਲਾ ਹੀ ਕੰਮ ਸ਼ੁਰੂ ਕੀਤਾ ਤੇ ਇਸਨੇ ਕਿਹਾ ਕਿ ਸ਼ੁਰੂ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਅੱਜ ਇਸਨੂੰ ਸਭ ਆਪਣੀ ਭੈਣ ਜਾਂ ਬੇਟੀ ਹੀ ਸਮਝਦੇ ਨੇ ਤੇ ਹੁਣ ਇਹ ਆਪਣਾ ਤੇ ਆਪਣੀ ਮਾਂ ਦਾ ਅਖਬਾਰਾਂ ਦੇ ਕੰਮ ਤੋਂ ਪੇਟ ਪਾਲ ਰਹੀ ਹੈ। ਮੈਨੂੰ ਪਿਛਲੇ 20 ਸਾਲ ਤੋਂ ਕੰਮ ਕਰ ਰਹੀ ਹਾਂ। ਕੀ ਕਾਰਨ ਬਣਿਆ ਕਿ ਤੁਸੀਂ ਇਹ ਹੌਕਰ ਦਾ ਕੰਮ ਕਰਦੇ ਹੋ? ਇਹ ਮੇਰੇ ਫਾਦਰ ਸਾਹਿਬ ਕਰਦੇ ਸੀ, ਉਹਨਾਂ ਤੋਂ ਹੀ ਮੇਰੇ ਤੱਕ ਇਹ ਪਹੁੰਚਿਆ ਕੰਮ। ਹਾਂਜੀ, ਕੀ ਹੋਇਆ ਸੀ? ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ, ਰੋਡ ਐਕਸੀਡੈਂਟ 'ਚ ਉਹਨਾਂ ਦੀ ਮਤਲਬ ਐਕਸੀਡੈਂਟ 'ਚ ਲੱਤ ਟੁੱਟ ਗਈ ਸੀ ਅਤੇ ਉਹਦੇ ਤੋਂ ਬਾਅਦ ਹੀ ਇਹ ਕੰਮ ਸਟਾਰਟ ਹੋਇਆ। ਉਦੋਂ ਪਰਿਵਾਰ ਦੇ ਹਾਲਾਤ ਇਹ ਸੀ, ਠੀਕ ਸੀ, ਵਧੀਆ ਸੀ। ਹਾਂਜੀ, ਕਿੱਦਾਂ ਇਲਾਜ ਕਰਾਇਆ? ਇਲਾਜ ਤਾਂ ਉਹਨਾਂ ਦਾ ਚਲੋ ਮਾਲਕ ਦੀ ਕਿਰਪਾ ਨਾਲ ਇੱਦਾਂ ਹੀ ਆਪਣੇ ਵੀਰ ਆਪਣੇ ਜਿਹੜੇ ਹੈਗੇ ਨੇ ਅਖਬਾਰਾਂ ਵਾਲੇ ਉਹਨਾਂ ਦੇ ਨਾਲ ਹੀ ਕਰਵਾਇਆ, ਉਹਨਾਂ ਨੇ ਕਰਵਾ ਕੇ ਦਿੱਤਾ। ਹੁਣ ਮੈਂ ਤੇ ਮਦਰ ਮਦਰ ਮੁਸ਼ਕਲਾਂ ਦੇ ਕਾਫੀ ਆਈਆਂ ਕਿਉਂਕਿ ਕੰਮ ਵੀ ਸਾਰੇ ਦੁਨੀਆ ਨਾਲੋਂ ਹਟ ਕੇ ਸੀ, ਕਿਉਂਕਿ ਇੱਥੇ ਕੀ ਸਾਡੇ ਬਟਾਲੇ ਕੀ ਹੋਰ ਵੀ ਕਿਸੇ ਜਗ੍ਹਾ ਵੀ ਉਦੋਂ ਇਹ ਕੰਮ ਕੋਈ ਕਰਦਾ ਨਹੀਂ ਸੀ, ਲੜਕੀ ਕੋਈ ਕਰਦੀ ਨਹੀਂ ਸੀ ਕੰਮ। ਤੇ ਚਲੋ ਮੁਸ਼ਕਲਾਂ ਤੇ ਇੱਦਾਂ ਹੀ ਆ, ਕਈਆਂ ਨੇ ਕਿਹਾ ਵੀ ਇਹ ਨਹੀਂ ਕਰਨਾ ਚਾਹੀਦਾ ਤੈਨੂੰ, ਜੇ ਆ ਉਹ ਆ ਕੋਈ ਹੋਰ ਕਰ ਲੈ। ਮੈਂ ਜੇ ਹੋਰ ਵੀ ਕੋਈ ਕਰਨਾ ਤੇ ਫਿਰ ਇਹੋ ਹੀ ਕਰ ਲਓ। ਚਲੋ ਫਾਦਰ ਸਾਹਿਬ, ਮੈਨੂੰ ਉਸ ਟਾਈਮ ਇਹ ਸੀ, ਮੈਂ ਇਸ ਲਈ ਕੰਮ ਫੜਿਆ ਸੀ ਵੀ ਮੇਰੇ ਫਾਦਰ ਸਾਹਿਬ ਨੇ ਠੀਕ ਹੋ ਜਾਣਾ ਵਾ ਤੇ ਉਹਨਾਂ ਨੇ ਫਿਰ ਆਪਣੇ ਕੰਮ ਤੇ ਆ ਜਾਣਾ ਤੇ ਮੈਂ ਆਪਣੀ ਰੂਟੀਨ 'ਚ ਚਲੇ ਜਾਣਾ। ਬਟ ਨਹੀਂ, ਕੋਈ ਪਰਮਾਤਮਾ ਨੂੰ ਮਨਜ਼ੂਰ ਸੀ ਉਹਨਾਂ ਦੀ, ਮਤਲਬ 6-7 ਸਾਲ ਉਹਨਾਂ ਦਾ ਇਲਾਜ ਕਰਾਉਣ ਤੋਂ ਬਾਅਦ 'ਚ ਵੀ ਉਹਨਾਂ ਦੀ ਡੈਥ ਹੋ ਗਈ, ਫਿਰ ਮੈਂ ਪਰਮਾਨੈਂਟ ਇਸ ਕੰਮ ਵਿੱਚ। ਨਹੀਂ, ਮੁਸ਼ਕਲਾਂ ਨਹੀਂ ਜਾਂਦੀਆਂ ਸਰਦੀ ਦੇ ਮੌਸਮ 'ਚ, ਇਸ ਤਾਂ ਇਹ ਵਾ ਕਿ ਕਿਉਂਕਿ ਸਾਈਕਲਿੰਗ ਕਰਨੀ ਹੁੰਦੀ ਹੈ, ਸਾਈਕਲਿੰਗ ਕਰਨ 'ਚ ਕੋਈ ਠੰਡ ਲੱਗਦੀ ਨਹੀਂ ਆ, ਲੱਗਦੀ। ਲੋਕਾਂ ਦਾ ਕਿਸ ਤਰ੍ਹਾਂ ਦਾ ਤੁਹਾਡੇ ਪ੍ਰਤੀ ਸੁਭਾਅ ਰਹਿੰਦਾ ਜੀ, ਜਿਹੜੇ ਇੱਥੇ ਹੋਰ ਵੀ ਲੜਕੇ ਅਖਬਾਰਾਂ ਲੈਣ ਆਉਂਦੇ ਨੇ, ਇਕੱਲੀ ਔਰਤ ਤੁਸੀਂ ਹੋ, ਲੜਕੀ ਤੁਸੀਂ ਹੋ, ਹਾਂਜੀ, ਉਹਨਾਂ ਦਾ ਕਿੱਦਾਂ ਸੁਭਾਅ ਰਹਿੰਦਾ ਜਿਹੜੇ ਕਲਾਇੰਟ ਨੇ ਉਹ ਔਰ ਜਿਹੜੇ ਇੱਥੇ? ਨਹੀਂ, ਵੈਸੇ ਸਾਰਿਆਂ ਦਾ ਨਾਈਸ ਹੀ ਆ, ਮੋਸਟਲੀ ਨਾਈਸ ਹੀ ਆ। ਜਿਹੜਾ ਕੋਈ ਓਪਰਾ ਪਰਸਨ ਹੈ ਉਹਦਾ ਮੈਂ ਕਹਿ ਨਹੀਂ ਸਕਦੀ, ਬਾਕੀ ਸਾਰੇ ਨਾਈਸ ਆ, ਬਹੁਤ ਵਧੀਆ ਨੇ, ਸਾਰੇ ਕੋਆਪਰੇਟ ਕਰਦੇ ਨੇ। ਇਸ ਕੰਮ ਦਾ ਘਰ ਚੱਲ ਜਾਂਦਾ? ਨਹੀਂ, ਕੰਮ ਤਾਂ ਘਰ ਤੇ ਨਹੀਂ ਚੱਲਦਾ, ਮੈਂ ਇਸ ਤੋਂ ਇਲਾਵਾ ਹੋਰ ਵੀ ਕੰਮ ਕਰਨੀ ਆ, ਸਿਲਾਈ ਦਾ ਕੰਮ ਕਰਨੀ ਆ, ਕੱਪੜੇ ਸੀਨ ਦਾ। ਹਾਂਜੀ, ਹਾਂਜੀ, ਉਹਦੇ ਨਾਲ ਚੱਲ ਜਾਂਦਾ। ਉਹ ਤਾਂ ਤੁਹਾਨੂੰ ਪਤਾ, ਉਹ ਤਾਂ ਕਮੀ ਕਦੀ ਪੂਰੀ ਹੋ ਨਹੀਂ ਸਕਦੀ। ਉਹ ਤਾਂ ਹਰ ਕੀ ਕਹਿੰਦੇ ਹੁੰਦੇ ਨਾ ਵੀ ਦੁਨੀਆ ਭੁੱਲ ਸਕਦੀ, ਵੀ ਇਹਦਾ ਫਾਦਰ ਹੈ ਨਹੀਂ, ਮੈਂ ਨਹੀਂ ਭੁੱਲ ਸਕਦੀ, ਮੈਨੂੰ ਹਰ ਵਕਤ ਹੀ ਯਾਦ ਹੁੰਦੇ ਆ। ਇਹਨੂੰ ਘੱਟੋ ਘੱਟ ਮੇਰੇ ਖਿਆਲ 20 ਸਾਲ ਹੋ ਗਏ ਕੰਮ ਕਰਦਿਆਂ। ਇਹਦੇ ਫਾਦਰ ਸਾਹਿਬ ਜਦੋਂ ਆਪਣਾ ਐਕਸੀਡੈਂਟ ਹੋਇਆ ਨਾ, ਉਸ ਤੋਂ ਬਾਅਦ ਇਹਨਾਂ ਅਖਬਾਰਾਂ ਵੰਡਣੀਆਂ ਸ਼ੁਰੂ ਕੀਤੀਆਂ। ਇਹ 2-250 ਘਰ ਇਹਨੂੰ ਜਾਣਾ ਪੈਂਦਾ ਹੋਣਾ, ਮੇਰੇ ਖਿਆਲ 15-16 ਕਿਲੋਮੀਟਰ ਸਾਈਕਲ ਚਲਾਉਣਾ ਪੈਂਦਾ ਇਹਨੂੰ, ਕੁੜੀ ਨੂੰ, ਔਰ ਬਹੁਤ ਮਿਹਨਤੀ ਕੁੜੀ ਹੈ। ਇਹਦੀ ਮਾਤਾ ਵਿਚਾਰੀ ਉਹ ਵੀ ਬਿਮਾਰ ਪਈ ਦੀ ਹੈ, ਢਿੱਲੀ ਮੱਠੀ ਰਹਿੰਦੀ ਹੈ, ਅਤੇ ਮਾਤਾ ਕਰਕੇ ਵਿਚਾਰੀ ਕਿਤੇ ਗਾਂਹ ਪਛਾਣ ਨਹੀਂ ਜਾਂਦੀ ਹੈਗੀ।
ਇਹ ਵੀ ਚਲੋ ਸਵੇਰੇ ਅਖਬਾਰ ਦਾ ਕੰਮ ਕਰ ਲੈਂਦੀ, ਮੁੜ ਕੇ ਘਰ ਮਾੜਾ ਮੋਟਾ ਸਿਲਾਈ ਕਢਾਈ ਦਾ ਕੰਮ ਕਰ ਲੈਂਦੀ ਹੈ ਆਪਣਾ। ਉਦੋਂ ਇਹ ਮੇਰੇ ਖਿਆਲ 'ਚ ਸੱਤਵੀਂ 'ਚ ਪੜ੍ਹਦੀ ਸੀ, ਸਕੂਲ ਪੜ੍ਹਦੀ ਸੀਗੀ ਸੱਤਵੀਂ ਕਲਾਸ 'ਚ, ਅਤੇ ਉਦੋਂ ਦੀ ਕੰਮ 'ਤੇ ਲੱਗੀ ਦੀ ਬਹੁਤ ਮਿਹਨਤੀ ਹੈ।